सत श्री अकाल जी, तुसीं देख रहे हो MM न्यूज़ मानसा अते मैं हरदीप धालीवाल। अज असीं पहुंचे हां जिला मानसा दे छोटे जिहे कस्बे योधिया सूरमिआं दी धरती पिंड समौ दे प्राइमरी स्कूल दे विच, जिथे बड़ा ही सोहना फंक्शन अज रचाया गया पिंड समौ दे मास्टर अते स्टाफ दे वल्लों। और उन्हां तों जाणांगे जी असीं की फंक्शन और किस किस मसले दे विच फंक्शन रखाया गया जी। नच्चा 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 नी मैं नच्ची नी नच्चा
ਤੇਰੀ ਜੁੱਤਾਂ ਜਿਵੇਂ ਖਰੇ ਹੋ ਮੇਰਾ मतलब जिंदगी जा चुकी है जो कि हुण बहुत अंदाजेदार हो चुकी है इस करके आपां नूं नशा नहीं करना चाहिए Yeah.
ਜਵਾਨਾਂ ਦੇ ਚੜਗੀ ਜਵਾਨੀ ਵੇਖ ਅੰਗ ਵਰਗੀ ਨੀ ਸਾਡੇ ਗੱਭਰੂ ਡਾਊਨ ਤੁਹਾਨੂੰ ਕੱਲ ਵਾਲੀ ਫਿਲਮ ਸਮਝ ਆ ਗਈ ਸੀ ਤੁਹਾਨੂੰ ਕੋਈ ਡਾਊਟ ਇਹਨਾਂ ਚ ਫਰਕ ਘੱਟ ਹੁੰਦਾ ਤੇ ਲੋਕਾਂ ਵਿੱਚ ਫਰਕ ਜ਼ਿਆਦਾ ਹੁੰਦਾ ਲੋਕ ਕੀ ਕਰਦੇ ਨੇ ਕਿ ਵੱਡੇ ਸ਼ੀਸ਼ੇ ਵਾਲੇ ਸਕੂਲ ਦੇਖ ਕੇ Hurts to watch your blue eyes fade to gray as you fade away You fade away Yeah, I'm about to fade away Cause every time I wake up I feel like it's Monday Something's going wrong with all the chemicals up in my brain All of a sudden I don't look at ਗੱਲਬਾਤ ਕਰਵਾਵਾਂਗੇ ਪ੍ਰਾਇਮਰੀ ਸਕੂਲ ਸਮਾਓ ਮਾਨਸਾ ਦੇ ਹੈੱਡ ਟੀਚਰ ਮੈਡਮ ਮਨਦੀਪ ਕੌਰ ਜੀ ਦੇ ਨਾਲ ਔਰ ਇਹਨਾਂ ਤੋਂ ਪੁੱਛਾਂਗੇ ਅੱਜ ਦਾ ਦਿਨ ਹੈ ਜਿਹੜਾ 31 ਮਾਰਚ ਬੱਚਿਆਂ ਦੇ ਰਿਜ਼ਲਟ ਵਾਲਾ ਦਿਨ ਹੁੰਦਾ ਸੋ ਪਹਿਲਾਂ ਇੱਕ ਸਮਾਂ ਹੁੰਦਾ ਸੀਗਾ ਕਿ ਜਿਹੜਾ ਰਿਜ਼ਲਟ ਵਾਲਾ ਦਿਨ ਹੁੰਦਾ ਉਹ ਬਸ ਅਨਾਊਂਸ ਕਰਕੇ ਬੱਚਿਆਂ ਨੂੰ ਘਰ ਭੇਜ ਦਿੰਦੇ ਸੀ ਪਰ ਅੱਜ ਦਾ ਦਿਨ ਹੈ ਜਿਹੜਾ ਪ੍ਰਾਇਮਰੀ ਸਕੂਲ ਸਮਾਓ ਦੇ ਵਿੱਚ ਬੜਾ ਹੀ ਸੋਹਣਾ ਫੰਕਸ਼ਨ ਕਰਵਾਇਆ ਗਿਆ ਬੱਚਿਆਂ ਦੇ ਬੱਚਿਆਂ ਨੇ ਬੜੀਆਂ ਹੀ ਸੋਹਣੀਆਂ ਪਰਫੋਰਮੈਂਸਾਂ ਕੀਤੀਆਂ ਔਰ ਬੱਚਿਆਂ ਨੇ ਆਪਣੇ ਟੈਲੈਂਟ ਦਿਖਾਏ ਔਰ ਉਹਨਾਂ ਦਾ ਸਿਰੇ ਆ ਜਿਹੜਾ ਉਹ ਸਾਰੇ ਹੀ ਸਟਾਫ ਹੁੰਦੀਆਂ ਦਾ ਔਰ ਅਸੀਂ ਹੁਣ ਗੱਲਬਾਤ ਕਰਾਂਗੇ ਹੈੱਡ ਟੀਚਰ ਜੀ ਦੇ ਨਾਲ ਕਿ ਮੈਡਮ ਜੀ ਜਿਹੜਾ ਤੁਸੀਂ ਇਹ ਫੰਕਸ਼ਨ ਕਰਵਾਇਆ ਹਾਂਜੀ ਅੱਜ ਆਪਾਂ ਮਨਾ ਰਹੇ ਹਾਂ ਪ੍ਰੀ ਪ੍ਰਾਇਮਰੀ ਗ੍ਰੈਜੂਏਸ਼ਨ ਸੈਰਮਨੀ ਅਤੇ ਪਹਿਲਾਂ ਕੀ ਹੁੰਦਾ ਸੀ ਜੀ ਪਹਿਲੀ ਦੇ ਵਿੱਚ 5 ਸਾਲ ਦਾ ਜਦੋਂ ਬੱਚਾ ਹੋ ਜਾਂਦਾ ਸੀਗਾ ਤਾਂ ਉਹ ਆਪਾਂ ਉਹਨੂੰ ਦਾਖਲ ਕਰਵਾਉਂਦੇ ਸੀ ਸਕੂਲ ਦੇ ਵਿੱਚ ਤਾਂ ਉਨ੍ਹਾਂ ਟਾਈਮ ਜਿਹੜੇ ਗਰੀਬ ਪੇਰੈਂਟਸ ਸੀਗੇ ਤਾਂ ਉਹ ਦੇਖੀ ਜਾਂਦੇ ਵੀ ਕਦੋਂ ਸਾਡਾ ਬੱਚਾ 5 ਸਾਲ ਦਾ ਹੋਵੇ ਜਦਕਿ ਜਿਹੜੇ ਅਮੀਰਾਂ ਦੇ ਬੱਚੇ ਸੀਗੇ ਉਹ ਵੈਨਾਂ 'ਚ ਚੜ੍ਹ ਕੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਲੱਖ ਲੱਖ ਰੁਪਏ ਫੀਸ ਭਰ ਕੇ ਜਾਂਦੇ ਸੀਗੇ
ਤਾਂ ਹੁਣ 2017 ਦੇ ਵਿੱਚ ਪ੍ਰੀ ਪ੍ਰਾਇਮਰੀ ਕਿੰਗਰਗਾਰਟਨ ਜਿਹੜਾ ਸ਼ੁਰੂ ਕੀਤਾ ਗਿਆ ਛੋਟੇ ਬੱਚਿਆਂ ਵਾਸਤੇ ਪਲੇਵੇ ਅਤੇ ਜਿਹਦੇ ਵਿੱਚ ਆਪਾਂ 3 ਤੋਂ 5 ਸਾਲ ਦੇ ਬੱਚਿਆਂ ਨੂੰ ਦਾਖਲ ਕਰਵਾਉਂਦੇ ਹਾਂ ਜੀ। ਅਤੇ ਇਹਦੇ ਕਰਕੇ ਆਪਾਂ ਕੀ ਅੱਜ ਗ੍ਰੈਜੂਏਸ਼ਨ ਸੈਰਮਨੀ ਮਨਾਈ ਸੀ ਤਾਂ ਜੋ ਬੱਚਿਆਂ ਨੂੰ ਇੱਕ ਪ੍ਰਾਊਡ ਕਰਵਾਇਆ ਜਾ ਸਕੇ ਛੋਟੇ ਬੱਚਿਆਂ ਨੂੰ 3 ਤੋਂ 5 ਸਾਲ ਦਿਆਂ ਨੂੰ ਵੀ ਤੁਸੀਂ ਹੁਣ ਗ੍ਰੈਜੂਏਸ਼ਨ ਕੰਪਲੀਟ ਹੋ ਗਈ ਤੁਹਾਡੀ, ਤੁਸੀਂ ਇੱਕ ਸਕੋਲਰ ਬਣ ਗਏ ਹੋਗੇ ਅਤੇ ਉਹਦੇ ਸੰਬੰਧ ਦੇ ਵਿੱਚ ਅੱਜ ਆਪਾਂ ਜਿਹੜਾ ਫੰਕਸ਼ਨ ਆ ਕਰਵਾਇਆ ਸੀ ਜੀ। ਮੈਡਮ ਇਹ ਤੁਸੀਂ ਬੱਚਿਆਂ ਦੇ ਪੇਰੈਂਟਸ ਨੂੰ ਮਤਲਬ ਕੀ ਸੁਨੇਹਾ ਦੇਣਾ ਚਾਹੋਗੇ, ਕਿਉਂਕਿ ਇੱਕ ਟਾਈਮ ਪ੍ਰਾਈਵੇਟ ਸਕੂਲਾਂ ਦੇ ਵਿੱਚ ਇੱਦਾਂ ਦੇ ਫੰਕਸ਼ਨ ਕਰਵਾਏ ਜਾਂਦੇ ਸੀਗੇ ਪਰ ਜਿਹੜਾ ਸਰਕਾਰੀ ਸਕੂਲਾਂ ਦੇ ਵਿੱਚ ਇੱਦਾਂ ਦਾ ਕੁਛ ਨਹੀਂ ਹੁੰਦਾ ਸੀਗਾ, ਇਹ ਤੁਹਾਡੇ ਨੂੰ ਸਹਿਯੋਗ ਕਿੰਨਾ ਕਿੰਨਾ ਦਾ ਸਹਿਯੋਗ ਮਿਲਿਆ ਔਰ ਤੁਹਾਨੂੰ ਜਿਹੜਾ ਮਤਲਬ ਗਾਈਡਿੰਗ ਕਿੰਨਾ ਕਿੰਨਾ ਨੇ ਗਾਈਡਿੰਗ ਦਿੱਤੀ? ਹਾਂਜੀ, ਇਹ ਸਾਨੂੰ ਸਾਡੇ ਵਿਭਾਗ ਵੱਲੋਂ ਕਿਹਾ ਗਿਆ ਸੀਗਾ ਵੀ ਤੁਸੀਂ 31 ਮਾਰਚ ਨੂੰ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਪ੍ਰੀ ਪ੍ਰਾਇਮਰੀ ਗ੍ਰੈਜੂਏਸ਼ਨ ਸੈਰਮਨੀ ਆਪਾਂ ਨੇ ਕਰਨੀ ਹੈ ਜੀ। ਤਾਂ ਉਹਦੇ ਤਹਿਤ ਸਾਨੂੰ ਜੋ ਗਾਈਡਲਾਈਨਸ ਮਿਲੀਆਂ ਸੀਗੀਆਂ ਉਹਨਾਂ ਦੇ ਫੋਲੋ ਕਰਕੇ ਅਸੀਂ ਉਹਨਾਂ ਨੂੰ ਇਹ ਪ੍ਰੋਗਰਾਮ ਮਨਾਇਆ ਗਾ। ਅਤੇ ਬਾਕੀ ਬੱਚੇ ਸਾਡੇ ਕਲਚਰਲ ਐਕਟੀਵਿਟੀ ਸਾਡੇ ਹਰ ਸ਼ਨੀਵਾਰ ਜਿਹੜੀ ਬਾਲ ਸਭਾ ਲੱਗਦੀ ਆ ਉਹਦੇ ਵਿੱਚ ਅਸੀਂ ਤਿਆਰ ਕਰਵਾਉਂਦੇ ਰਹਿੰਦੇ ਹਾਂ, ਤਾਂ ਉਹੀ ਜਿਹੜੀ ਬੱਚਿਆਂ ਨੇ ਪਰਫੋਰਮੈਂਸ ਅੱਜ ਦਿੱਤੀ ਹੈ ਜੀ। ਜਿੱਥੇ ਮੈਡਮ ਤੁਹਾਨੂੰ ਹੌਸਲਾ ਵੀ ਮਿਲਿਆ ਸਾਰੇ ਹੀ ਬੱਚਿਆਂ ਵੱਲੋਂ ਔਰ ਸਾਰੇ ਹੀ ਪੇਰੈਂਟਸ ਵੱਲੋਂ ਔਰ ਵੱਡੀਆਂ ਵੱਡੀਆਂ ਜਿਹੜੀਆਂ ਸਹਾਇਤਾ ਵੀ ਮਿਲ ਰਹੀਆਂ ਨੇ, ਪਰ ਤੁਸੀਂ ਸਕੂਲਾਂ ਦੇ ਵਿੱਚ ਜਿਹੜੀਆਂ ਤੁਹਾਡੇ ਸਕੂਲ ਦੇ ਵਿੱਚ ਕੁਛ ਮੁਸ਼ਕਲਾਂ ਨੇ ਜਿਹੜੀਆਂ ਉਹ ਦੱਸਣਾ ਚਾਹੋਗੇ ਸਾਡੇ ਚੈਨਲ ਦੇ ਰਾਹੀਂ ਕਿ ਤੁਹਾਨੂੰ ਜਿਹੜੀਆਂ ਇਸ ਸਕੂਲ ਦੇ ਵਿੱਚ ਕੀ ਮੁਸ਼ਕਲ ਆ ਰਹੀਆਂ ਨੇ? ਹਾਂਜੀ, ਥੋੜ੍ਹਾ ਜਿਹਾ ਤਾਂ ਇਹ ਹੈਗਾ ਗਾ ਵੀ ਆਪਣਾ ਫੈਕਲਟੀ ਦੀ ਵੀ ਘਾਟ ਪੈ ਜਾਂਦੀ ਆ, ਕਿਉਂਕਿ ਜਦੋਂ ਟੀਚਰ ਨੇ ਸਾਡੇ 2 ਛੁੱਟੀ 'ਤੇ ਚੱਲ ਗਏ ਸੀਗੇ, ਮੈਟਰਨਿਟੀ ਲੀਵ 'ਤੇ ਚਲੇ ਗਏ ਸੀਗੇ, ਤਾਂ ਉਹ 6 ਮਹੀਨੇ ਦੇ ਲਈ ਸਕੂਲ ਦੇ ਵਿੱਚੋਂ ਵੱਗ ਗਏ। ਦੇਖੋ 2 ਟੀਚਰ ਚਲੇ ਗਏ ਤਾਂ 6 ਤੇ 6 ਪੂਰਾ ਮਤਲਬ ਕਿ 12 ਹੋ ਗਿਆ, 1 ਸਾਲ ਦਾ ਜਿਹੜਾ ਗੈਪ ਪੈ ਗਿਆ। ਤਾਂ ਉਹਦੇ ਵਿੱਚ ਕੋਈ ਇੱਦਾਂ ਦਾ ਹੀ ਉਹ ਹੈ ਨਹੀਂ ਕਿ ਸਿਸਟਮ ਵੀ ਕੋਈ ਹੋਰ ਟੀਚਰ ਪ੍ਰੋਵਾਈਡ ਕੀਤਾ ਜਾ ਸਕੇ, ਤਾਂ ਉਹ ਅਸੀਂ ਪੇਰੈਂਟਸ ਦੇ ਸਹਿਯੋਗ ਦੇ ਨਾਲ ਹੀ ਅਸੀਂ ਆਪਦੇ ਕੋਲੋਂ ਟੀਚਰ ਕਰਵਾਏ ਸੀਗੇ ਅਵੇਲੇਬਲ ਬੱਚਿਆਂ ਵਾਸਤੇ। ਅਤੇ ਉਹਨਾਂ ਟੀਚਰਸ ਨੇ ਮੇਰੀ ਕਾਫੀ ਹੈਲਪ ਕੀਤੀ ਹੈਗੀ ਇਹ ਪ੍ਰੋਗਰਾਮ ਨੂੰ ਨੇਪੜੇ ਚਾੜਨ ਦੇ ਵਿੱਚ, ਅਤੇ ਮੇਰੇ ਪੂਰੇ ਸਟਾਫ ਅਤੇ ਮਿਡ ਡੇ ਮੀਲ ਵਰਕਰ ਅਤੇ ਸਾਰਾ ਜਿਹੜਾ ਹੋਰ ਫੈਕਲਟੀ ਹੈ ਸਕੂਲ ਦੀ, ਸਾਰਿਆਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਵਿੱਚ ਮੇਰਾ ਪੂਰਾ ਸਾਥ ਦਿੱਤਾ ਜੀ। ਅਤੇ ਪੇਰੈਂਟਸ ਵੀ ਬਹੁਤ ਵਧੀਆ ਨੇ ਸਾਡੇ ਸਮਾਓਂ ਦੇ ਜਿਹੜੇ ਹੈਗੇ ਜੀ, ਉਹ ਬਿਲਕੁਲ ਅਸੀਂ ਜਿਵੇਂ ਕਹਿੰਦੇ ਹਾਂਗੇ ਸਾਨੂੰ ਫੋਲੋ ਕਰਦੇ ਨੇ, ਸਾਡੀ ਮਤਲਬ ਕਿ ਜੋ ਅਸੀਂ ਉਹਨਾਂ ਨੂੰ ਸੁਜੈਸਟ ਕਰਦੇ ਹਾਂਗੇ ਉਵੇਂ ਕਰਦੇ ਨੇ ਜੀ, ਉਹਨਾਂ ਦੀ ਬਦੌਲਤ ਹੀ ਅਸੀਂ ਜਿਹੜਾ ਇਹ ਪ੍ਰੋਗਰਾਮ ਕਰ ਪਾਏ ਹਾਂ ਜੀ। ਪਰ ਮੈਡਮ ਸੁਣਨ ਦੇ ਵਿੱਚ ਆਇਆ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਜਾਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਉਹ ਕਹਿ ਰਹੀਆਂ ਨੇ ਕਿ ਜਿਹੜੇ ਸਰਕਾਰੀ ਸਕੂਲ ਆ ਜਿਹੜੇ ਸਮਾਰਟ ਹੋ ਚੁੱਕੇ ਨੇ ਉਹਨਾਂ ਦੇ ਵਿੱਚ ਕੋਈ ਵੀ ਮੁਸ਼ਕਲਾਂ ਨਹੀਂ, ਪਾਣੀ ਤੋਂ ਲੈ ਕੇ ਬਿਜਲੀ ਤੋਂ ਲੈ ਕੇ ਬੱਚਿਆਂ ਦੀ ਪੜ੍ਹਾਈ ਤੱਕ ਕੋਈ ਵੀ ਮੁਸ਼ਕਲਾਂ ਨਹੀਂ ਆਉਂਦੀਆਂ। ਪਰ ਇਸ ਸਕੂਲ ਦੇ ਵਿੱਚ ਸੁਣਨ ਦੇ ਵਿੱਚ ਆਇਆ ਜਿਹੜੇ ਤੁਸੀਂ ਨਾ 3 ਟੀਚਰ ਆਪਣੇ ਪਰਸਨਲੀ ਸੈਲਰੀ ਦੇ ਉੱਤੇ ਰੱਖੇ ਹੋਏ ਨੇ, ਕੀ ਇਹ ਗੱਲ ਸੱਚ ਆ ਜੀ? ਹਾਂਜੀ, ਅਸੀਂ ਪੇਰੈਂਟਸ ਤੋਂ ਸਹਿਯੋਗ ਲੈਂਦੇ ਹਾਂ, ਕਿਉਂਕਿ ਜਿਹੜੇ 2 ਟੀਚਰ ਜੀ ਛੁੱਟੀ 'ਤੇ ਚੱਲ ਜਾਂਦੇ ਨੇ, ਬਾਕੀ ਵੀ ਕੋਈ ਬਿਮਾਰੀ ਠਮਾਰੀ ਹੋ ਜਾਂਦੀ ਹੈਗੀ, ਤਾਂ ਉਹਦਾ ਕੋਈ ਅਲਟਰਨੇਟਿਵ ਨਹੀਂ ਹੁੰਦਾ ਸਾਡੇ ਕੋਲ। ਤਾਂ ਕਈ ਹੁਣ ਆਪਣੇ ਚੋਣ ਡਿਊਟੀ ਲੱਗ ਜਾਂਦੀ ਹੈ, BLO ਦੀ ਡਿਊਟੀ ਲੱਗ ਜਾਂਦੀ ਆ, ਅਤੇ ਆ ਪੇਪਰਾਂ ਦੀ ਡਿਊਟੀ ਲੱਗ ਜਾਂਦੀ, ਤਾਂ ਉਹਨਾਂ ਦਿਨਾਂ ਦੇ ਵਿੱਚ ਸਾਡੇ ਬੱਚੇ ਖਾਲੀ ਵਿਹਲੇ ਰਹਿ ਜਾਂਦੇ ਨੇ, ਤਾਂ ਉਹਨਾਂ ਨੂੰ ਪੜ੍ਹਾਉਣ ਦੇ ਲਈ ਅਸੀਂ ਫਿਰ ਆਪਣੇ ਕੋਲ ਪ੍ਰਬੰਧ ਕਰ ਲਿਆ ਪੇਰੈਂਟਸ ਦੇ ਸਹਿਯੋਗ ਦੇ ਨਾਲ, ਉਹਨਾਂ ਦੀ ਸਹਿਮਤੀ ਦੇ ਨਾਲ, ਅਤੇ ਉਹਨਾਂ ਦੀ ਮਤਲਬ ਕਰਨ ਦੇ ਨਾਲ ਸਾਡਾ ਜਿਹੜਾ ਸਟੱਡੀ ਮਤਲਬ ਬੱਚਿਆਂ ਦਾ ਸਟੈਂਡਰਡ ਆ ਉਹ ਵੀ ਕੀ ਅੱਪ ਹੋ ਗਿਆ। ਅਤੇ ਬਾਕੀ ਇਹ ਹੈਗਾ ਵੀ ਅੱਜ ਕੱਲ੍ਹ ਜੋ ਮਤਲਬ ਕਿ ਪ੍ਰੈਸ਼ਰ ਆ ਟੀਚਰਸ 'ਤੇ ਉਹ ਬਹੁਤ ਜ਼ਿਆਦਾ ਗਾ, ਕਿਉਂਕਿ ਜਿਵੇਂ ਗ੍ਰਾਂਟਾਂ ਖਰਚ ਕਰਨੀ, ਜਿਵੇਂ ਮੈਂ ਹੁਣ ਹੈੱਡ ਟੀਚਰ ਦੀ ਪੋਸਟ 'ਤੇ ਹਾਂ ਜੀ, ਇੱਥੇ ਸਾਨੂੰ ਗ੍ਰਾਂਟਾਂ ਖਰਚ ਕਰਨੀਆਂ ਪੈਂਦੀਆਂ ਗੀਆਂ, ਫਿਰ ਉਹਦਾ ਔਨਲਾਈਨ ਹਿਸਾਬ ਦੇਣਾ ਪੈਂਦਾ, ਬੈਂਕਾਂ ਦੇ ਚੱਕਰ ਲੱਗਦੇ ਨੇ, ਐਂ ਮੰਨ ਕੇ ਚੱਲੋ ਵੀ ਹਫ਼ਤੇ ਵਿੱਚ ਜੀ 10 ਗੇੜੇ ਲੱਗ ਗਏ ਅੱਜ ਮੇਰੇ, ਇਸ ਹਫ਼ਤੇ ਦੇ ਵਿੱਚ 10 ਗੇੜੇ ਬੈਂਕ ਦੇ ਲੱਗ ਗਏ ਜੀ, ਉੱਥੋਂ ਹਿਸਾਬ ਲੈਣਾ, ਫਿਰ ਬਿੱਲ ਇਕੱਠੇ ਕਰਨੇ, ਫਿਰ ਉਹ ਬਿੱਲ ਦਾ ਜੀ ਇਕੱਲੇ ਇਕੱਲੇ ਰੁਪਈਏ ਦਾ ਸਾਨੂੰ ਹਿਸਾਬ ਦੇਣਾ ਪੈਂਦਾ ਜੀ, ਉਹਦਾ ਵੀ ਕਿਹਨੂੰ ਦਿੱਤਾ, ਕਿਵੇਂ ਪੇਮੈਂਟ ਕੀਤੀ ਆ, ਔਨਲਾਈਨ ਤਾਂ ਕਰਨਾ ਹੀ ਪੈਂਦਾ ਜੀ, ਪਲੱਸ ਸਾਨੂੰ ਫਿਰ ਉਹਦਾ ਰਿਕਾਰਡ ਵੀ ਰੱਖਣਾ ਪੈਂਦਾ ਸਾਰਾ, ਮਤਲਬ ਉਹ ਰਿਕਾਰਡ ਕਰਨ ਦੇ ਲਈ ਨਾ ਤਾਂ ਸਾਡੇ ਕੋਲ ਸਮਾਂ ਹੁੰਦਾ, ਕਿਉਂਕਿ ਜੇ ਅਸੀਂ ਉਹ ਮੇਨਟੇਨ ਕਰਦੇ ਹਾਂ ਤਾਂ ਸਾਡੀ ਕਲਾਸ ਵਿਹਲੀ ਰਹਿੰਦੀ ਆ, ਕਿਉਂਕਿ ਹੈੱਡ ਟੀਚਰ ਜੇ ਇਹ ਕੰਮ ਕਰਨ ਲੱਗ ਜਾਂਦੇ ਆ ਤਾਂ ਉਹਨਾਂ ਕੋਲ ਇੱਕ ਕਲਾਸ ਵੀ ਹੈਗੀ ਆ ਪਲੱਸ, ਤਾਂ ਇੱਕ ਪੋਸਟ ਹੋਰ ਹੋਣੀ ਚਾਹੀਦੀ ਆ ਕਲੈਰੀਕਲ ਪੋਸਟ ਪ੍ਰਾਇਮਰੀ ਸਕੂਲਾਂ ਦੇ ਵਿੱਚ ਵੀ ਜੋ ਆਪਦੇ ਸਾਰੇ ਜਿਹੜੇ ਉਹ ਕੰਮ ਕਰਦਾ ਫਿਰ ਕਰਦੇ ਰਹਿਣ, ਅਤੇ ਬਾਕੀ ਜਿਹੜੇ ਟੀਚਰ ਆ ਉਹ ਚੰਗੀ ਤਰ੍ਹਾਂ ਬੱਚਿਆਂ ਨੂੰ ਗਾਈਡ ਕਰ ਸਕਣ। ਮੈਡਮ ਅੱਜ ਮਿਊਜ਼ਿਕ ਦੇ ਵਿੱਚ ਤਾਂ ਦੇਖ ਹੀ ਲਿਆ ਕਿ ਮਿਊਜ਼ਿਕ ਦੇ ਵਿੱਚ ਬੱਚੇ ਜਿਹੜੇ ਪਿੰਡ ਸਮਾਉਣ ਦੇ ਬੜੇ ਹੀ ਐਕਟਿਵ ਨੇ ਔਰ ਬੜੀ ਹੀ ਜਿਹੜੀਆਂ ਗਾਈਡਿੰਗਾਂ ਉਹ ਫੋਲੋ ਕਰਦੇ ਨੇ, ਉਹ ਮੈਨੂੰ ਲੱਗਦਾ ਕਿ ਤੁਹਾਡੇ ਸਟਾਫ ਦੇ ਜਿਹਦੇ ਟੀਚਰ ਸਾਹਿਬ ਉਹਨਾਂ ਨੇ ਬੜੀ ਹੀ ਮਿਹਨਤ ਕੀਤੀ ਆ ਅਤੇ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜੇ ਪਰਫੋਰਮੈਂਸਾਂ ਕੀਤੀਆਂ ਨੇ ਬੱਚਿਆਂ ਨੇ ਬਹੁਤ ਹੀ ਸੋਹਣੀਆਂ ਪਰਫੋਰਮੈਂਸਾਂ ਕੀਤੀਆਂ ਨੇ। ਪਰ ਤੁਸੀਂ ਕੋਈ ਆਪਣੇ ਸਟਾਫ ਵੱਲੋਂ ਜਿਹੜਾ ਕੋਈ ਗੇਮਾਂ ਦਾ ਕੋਈ ਮਤਲਬ ਬਣਾਇਆ ਕੋਈ ਟੀਚਾ ਵੀ ਜਿਹੜਾ ਬੱਚਿਆਂ ਨੂੰ ਗੇਮਾਂ ਲਈ ਪ੍ਰਾਪਤ ਕੀਤਾ ਜਾਵੇ ਜਾਂ ਕਿਸੇ ਵੀ ਵੱਖੋ ਵੱਖਰ ਗੇਮਾਂ ਦੇ ਵਿੱਚ ਬੱਚੇ ਬਹਿ ਜਾਣ? ਹਾਂਜੀ, ਅਸੀਂ ਸਪੋਰਟਸ ਮੀਟ ਮਨਾਈ ਸੀ ਆਪਦੇ ਵੱਲੋਂ ਹੀ ਮਨਾਈ ਸੀ ਜੀ, ਅਸੀਂ ਆਪਣੇ ਟੀਚਰ ਵੀ ਅਸੀਂ ਕੁਲੈਕਸ਼ਨ ਕਰਦੇ ਹਾਂ ਆਪਦੇ ਕੋਲੋਂ, 1000-2000 ਮਹੀਨੇ ਦਾ ਸਕੂਲ
जी मौजूदा सरकार आम आदमी ने जी ऐलान किया कि जेडे 70,000 कच्चे मुलाजम ने वो पक्के किए जाएंगे, तुहानू की लगता कि एक मतलब लॉलीपॉप दिता गया या भी पक्के होंगे, तुहानू कोई मतलब मैसेज आया हो इदा का, तुहानू की लगता है इस बारे? हाँ जी, यदा इदा गा जी, मैं भी पहला जी इस तो पहला मतलब कि सिक्ख्या प्रोवाइडर के तौर पर टीच कर रही थी जी, उत्थे भी सानू 10,000 सैलरी, तो मेरी 2008 की पोस्टिंग है जी, 8 तो लैके हूँ देखो जी 22 आ गया, तो तुम देख लो जी किन्ने साल हो गए, तो इनिया निगुणा निगुणियाँ तनखाहों पर काम करके असं मतलब कि इतों तक पहुँचे हैं गे, तो पर अस बस ये भी एक गुडविल बना के रखें भी जी बच्चे जोड़े वो अपने है, तो ये सोच के असी बच्चों मेहनत कराने जी, असं ए सोचिए भी साढ़े तो वह हूँ जी, मेरी क्वालिफिकेशन है जी BA BEd MA इंग्लिश MEd पंजाब यूनीवर्सिटी तो MEd की है जी, मैं तो पंजाबी यूनीवर्सिटी तो MA इंग्लिश की हुई है, इन्ने क्वालिफाई होकर 2008 तो मैं इन्ने घट तनखाह से काम कर रही हूँ जी, ईवन कि आन जाने का स्कूटी का खर्चा भी आप नहीं कट सकते है ना, देखो 6-7 हज़ार तो अपना ऊँ ही लग जाता जी, तो वो करके भी मतलब इन तनखाह से घट करना काम करना बहुत औखा गा, बट जिहड़ा कि असी कई गुडविल बना के रखते हैं भी असी तनखाह नहीं जाना जी, असी बच्चों की भलाई से जाना गा, सानू बच्चों के नाल इन्नी ज़्यादा नेड़ता गई, उन्होंने इन्नी ज़्यादा अटैचमेंट आ, तो असी कदे यही सोचते भी नहीं भी सानू कितनी तनखाह मिल रही है कितनी ना मिल रही है, पर घट तनखाह से काम करन दे नाल साडे जिहड़ा मतलब कि मैंटल जिहड़ा वैसे भी अपनी आर्थिक स्थिति पर भी बहुत असर पैंदा गा, क्योंकि साडियां इच्छावां हुंदियां गईयां जरूरत हुंदियां सी भी सानू लगदा साडी सैलरी वध होवे असी बच्चों लई होर भी कुछ करिए, क्योंकि बच्चे सारे अपने हैगे, घट तनखाह से काम करना एक बहुत वड्डा जी शोषण आ जिहड़ा कि हुण तक देखो 2008 तो लैके मैनू 22 हो गया जी, इन्ने साल मैं बिना तनखाह मतलब घट तनखाह से काम किया जी। ठीक है, तुसीं मैसेज दे रहे हो सरकार नूं कि जिहड़ी साडी सैलरियां बहुत ज़्यादा घट ने, हाँ जी तुहानू मतलब जिहड़ा गुस्सा होना भी चाहिए क्योंकि तुहाडी जिहड़ी मेहनत आ वह बहुत ज़्यादा बच्चों के लिए, और तुसीं पूरे स्टाफ नूं एक परिवार के नाल जिहड़ा जुड़िया होया है ना, अपना परिवार बना के रख्या होया, तो असी आस भी करते हैं सरकार नूं और बेनती भी करते साडे MM न्यूज़ चैनल मानसा राही कि जिहड़ियां तुहाडियां बेनतियां जिहड़ियां जरूर सुनिया जाण, और तुसीं होर की सुनेह देना चाहुंदे सरकार नूं जी? हाँ जी, भी बस बच्चों की भलाई के लिए वो तो वह भी मतलब कि फंडस वगैरह भी प्रोवाइड किए जाने, जिमें हूँ असी ये प्रोग्राम मनाया गा जी, ये घट तो घट 8-10 हज़ार तक साडा खर्चा आ चुका जी इस तो पहला, तो बाकी ये है भी चलो बैटर आप करिए होर भी ज़्यादा, क्योंकि प्राइवेट स्कूलों के हों को इनकम ज़्यादा होने करके फिर साढ़े तो अगे लंघ जाते हैं जी, तो पर सा मेहनत आ गई देखो फिर भी साढ़े पेरेंट्स आ गए सानू सहयोग करते हैं गे हर काम के, तो असी भी किसी भी गलों ये बच्चों घट नहीं रहन देना, बल्कि साडे बच्चे सानू यह भी बड़े बड़े अहुदे जाण ऑफिसर बन जज वकील पायलट तक दी पोस्टां ते पहुंचन ते पहुंचणगे भी जरूर जी। अज 31 मार्च आ जी सारे ही बच्चों का रिजल्ट है बखो बखरे स्कूलों के प्राइवेट और सरकारी स्कूलों के जोड़ा रिजल्ट आया बच्चों का, तुम की मानते हो जी थोड़ी मेहनत के राही कि प्राइवेट स्कूलों के नालों तो अपने स्कूल का अज का रिजल्ट कि बखरा और कि परसेंट वाधा आया होगा जी? हाँ जी, साडा जिहड़ा बच्चों की स्टडी का हैगा वो प्रैक्टिकल है जी सारा, भी रट्टा वकेशन ही असीं लगाउंदे गए, असीं बच्चों उन्हां दा लैवल चैक करते हैं भी ये कित्थे खड़े ने गे, ना कि असीं क्लास देखते हैं, लैवल के मुताबिक असीं बच्चे नूं की क्लास के एडमिट करवाने गे, तो बाकी फर्क बस यही हैगा भी साडा जिहड़ा प्रैक्टिकल काम हैगा जी मेन, असीं एक्टिविटी ते बेस्ड बच्चों एक्टिविटी साडे अद्धा घंटा हर रोज़ प्रेयर के एक्टिविटी चलती हैगी, तो साडे बच्चे इंग्लिश के भी बहुत वधिया बूस्टर क्लब चल रहा जी, वो साडे बच्चे 100% भाग लेंदे ने, तो अज भी तुसीं देखिया होगा साडे सारे बच्चों ने पार्टीसपेट किया जी A-Z, कल्ला ए नहीं भी 2 या 4 बच्चे, साडे सारे दे सारे बच्चे इन्ने ज़्यादा टैलेंट ने, तो इन्ने ज़्यादा उन्होंने असी मेहनत कराने कि इस दे योग बनाने कि कुछ परफॉर्म कर सकन। ठीक है जी, ये सन प्राइमरी स्कूल समूह के हैड टीचर मैडम मनदीप कौर जी, जिन्होंने अपने स्कूल दियां जिहड़ियां मुश्किलां भी दसियां और विशेषतावां भी दसियां कि बच्चे किन्ना क ज़्यादा प्रभावित हो रहे हैं और किन्ना क ज़्यादा बच्चों के टैलेंट आ पढ़ाई दे राही और म्यूजिक दे राही, और इन्होंने गेमां राही भी दस्सिया भी गेमां दे विच भी बड़े ही एक्टिव ने साडे बच्चे, सो अगली गल्लबात करदे आपां सारे ही स्टाफ दे नाल। हाँ जी, तुसीं देख रहे हो पिंड समूह के स्कूल के बड़िया ही सोहनिया परफॉर्मेंसा वक्खो वक्खरे गाणे दे नाल वक्खो वक्खरे नाटकां दे और कोरियोग्राफियां दे नाल बच्चों ने बड़ा ही सोहना अपना टैलेंट दिखाया, सो उन्हां दे नाल नाल आपां गल्लबात भी करांगे स्कूल के स्टाफ अते टीचर साहबाना दे नाल। मैडम जी सत श्री अकाल जी। हाँ जी मैडम रीनू वाला जी, इन्हां तों पुछांगे जी कि एक बड़िया ही सोहनिया गल्लां चल रही ने कि जिहड़े सरकारी स्कूल ने वो प्राइवेट स्कूलों नालों बड़े ही बैटर हो चुके हैं और बड़िया ही सोहनिया सेवावां उहदे विच दित्ते जा रहे हैं, पर इन्हां तों पुछांगे वी मैडम जिहड़े प्राइवेट स्कूलों तों सरकारी स्कूल वधिया किवें होए ने? 2017 ਦੇ ਵਿੱਚ ਫ੍ਰੀ ਪ੍ਰਾਇਮਰੀ ਚਲਾਈ ਗਈ ਸੀ ਜੀ, ਉਸ ਟਾਈਮ ਤੇ ਬੱਚੇ ਬਿਲਕੁਲ ਵੀ ਆਪਣੇ ਘਰਾਂ ਦੇ ਵਿੱਚ ਹੀ ਰਹਿੰਦੇ ਸੀ, 5
3 ਤੋਂ 5 ਸਾਲ ਦੇ ਬੱਚੇ ਤੇ ਤਾਂ ਕਰਕੇ ਬੱਚੇ ਜਿਹੜੇ ਨੇ ਨਵੇਂ ਆਏ ਨੇ ਸਾਡੇ ਕੋਲ ਪ੍ਰੀ ਪ੍ਰਾਇਮਰੀ 'ਚ ਅਸੀਂ ਉਹਨਾਂ ਨੂੰ ਐਕਸਟਰਾ ਐਕਟੀਵਿਟੀਆਂ ਤਾਂ ਨਾਲ ਤਾਂ ਕਰਾਉਂਦੇ ਹਾਂ ਅਤੇ ਨਾਲ ਸਾਡੇ ਨਾਲ ਅਸੀਂ ਨੋਟਬੁੱਕ 'ਤੇ ਵੀ ਕੰਮ ਦਿੰਦੇ ਹਾਂ ਅਤੇ ਜਿਹੜੀਆਂ ਵੀ ਸਾਨੂੰ ਸਲਾਈਡ ਵੱਲੋਂ ਐਕਟੀਵਿਟੀ ਆਉਂਦੀ ਹੈ ਜਾਂ ਉਹ ਵੀ ਕੁਛ ਆਉਂਦੀ ਹੈ ਅਸੀਂ ਉਹਨਾਂ ਨੂੰ ਰੋਜ਼ ਕਰਵਾਉਂਦੇ ਹਾਂ ਡੇਲੀ ਅਤੇ ਉਹਨਾਂ ਦੀ ਫੀਡਬੈਕ ਵੀ ਲੈਂਦੇ ਹਾਂ ਅਤੇ ਉਹਨਾਂ ਦੀਆਂ ਮਾਤਾਵਾਂ ਦਾ ਵੀ ਸਹਿਯੋਗ ਹੈ ਸਾਡੇ ਟੀਚਰ ਸਾਹਿਬਾਨ ਸਾਡੇ ਹੈੱਡ ਟੀਚਰ ਨੇ ਸਾਰਿਆਂ ਦਾ ਬਹੁਤ ਬਹੁਤ ਸਹਿਯੋਗ ਹੈ ਉਹਨਾਂ ਦਾ ਅਤੇ ਸਾਡੇ ਨਾਲ ਮਿਲ ਕੇ ਬਹੁਤ ਵਧੀਆ ਕੰਮ ਕਰਵਾ ਰਹੇ ਨੇਗੇ ਅਸੀਂ ਵੀ ਅੱਗੇ ਤੋਂ ਵੀ ਉਹਨਾਂ ਬੱਚਿਆਂ ਦਾ ਬਹੁਤ ਵਧੀਆ ਜੋ ਸਹਿਯੋਗ ਕਰਾਂਗੇ ਅਤੇ ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗੇ ਧੰਨਵਾਦ ਮੈਂ ਅਗਲੀ ਗੱਲਬਾਤ ਕਰਾਂਗੇ ਜੀ ਅਸੀਂ ਮੈਡਮ ਹਰਸ਼ਿੰਦਰ ਕੌਰ ਜੀ ਨਾਲ ਜੀ ਸੋ ਇਹਨਾਂ ਤੋਂ ਪੁੱਛਾਂਗੇ ਜੀ ਕਿ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਸਮਾਰਟ ਹੋ ਚੁੱਕੇ ਨੇ ਯਾਨੀ ਕਿ ਇੰਗਲਿਸ਼ ਮੀਡੀਅਮ ਹੋ ਚੁੱਕੇ ਨੇ ਪਰ ਉਹਦਾ ਥੋੜ੍ਹਾ ਬਹੁਤਾ ਨੁਕਸਾਨ ਮਾਂ ਬੋਲੀ ਪੰਜਾਬੀ ਨੂੰ ਵੀ ਪਿਆ ਹੋਊਗਾ ਵੀ ਜਿਹੜੀ ਪੰਜਾਬੀ ਵੀ ਥੋੜ੍ਹੀ ਘੱਟ ਗਈ ਹੋਊਗੀ ਸਕੂਲਾਂ ਦੇ ਵਿੱਚੋਂ ਜਾਂ ਪੰਜਾਬੀ ਗਾਈਡਲਾਈਨ ਨਹੀਂ ਕੀਤੀ ਜਾਂਦੀ ਇਹ ਗੱਲ ਹੈ ਜੀ ਨਹੀਂ ਜੀ ਪੰਜਾਬੀ ਬਹੁਤ ਸਾਡੇ ਸਕੂਲਾਂ 'ਚ ਵਧੀਆ ਚੱਲ ਰਹੀ ਹੈਗੀ ਜਿੱਦਾਂ ਪਹਿਲਾਂ ਇੱਕ ਫੁੱਟੀ ਵਾਲਾ ਸਿਸਟਮ ਹੁੰਦਾ ਸੀਗਾ ਫੁੱਟੀ ਦੇ ਉੱਤੇ ਉੜਾੜਾ ਜਾਂ ਪੰਜਾਬੀ ਗਾਈਡਲਾਈਨ ਦਿੱਤੀ ਜਾਂਦੀ ਸੀਗੀ ਹੁਣ ਆਪਣੇ ਪ੍ਰੀ ਪ੍ਰਾਇਮਰੀ ਚੱਲਦੀਆਂ ਨੇ ਉੱਥੇ ਬਕਾਇਦਾ ਸਿਰਲੇਖ ਵਗੈਰਾ ਆਉਂਦੇ ਨੇਗੇ ਉਹਨਾਂ 'ਤੇ ਆਪਾਂ ਲਿਖਾਉਂਦੇ ਹੈਗੇ ਹੱਥ ਨਾਲ ਬੱਚੇ ਨੂੰ ਉਵੇਂ ਉਹ ਜੋ ਕੁਛ ਹੁੰਦਾ ਹੈਗਾ ਅੱਗੇ ਅੱਗੇ ਚੱਲੀ ਜਾਂਦੇ ਅੱਛਾ ਤੁਹਾਡੇ ਕਹਿਣ ਦੇ ਮੁਤਾਬਕ ਜੀ ਵੀ ਜਿਹੜਾ ਸਮਾਰਟ ਸਕੂਲ ਹੋਏ ਨੇ ਇੰਗਲਿਸ਼ ਮੀਡੀਅਮ ਹੋਏ ਨੇ ਉਹਦਾ ਨੁਕਸਾਨ ਜਿਹੜਾ ਪੰਜਾਬੀ ਨੂੰ ਬਿਲਕੁਲ ਵੀ ਨਹੀਂ ਪਿਆ ਜੀ ਪੰਜਾਬੀ ਮਤਲਬ ਚੱਲ ਰਹੀ ਹੈ ਸਕੂਲਾਂ ਦੇ ਵਿੱਚ ਜੀ ਹਾਂਜੀ ਨਾਲ ਪੰਜਾਬੀ ਅੱਛਾ ਬੜੀ ਸੋਹਣੀ ਗੱਲ ਆ ਜੀ ਹਾਂਜੀ ਬੜੀ ਸੋਹਣੀ ਗੱਲ ਆ ਜੀ ਇਹਨਾਂ ਨੇ ਦੱਸਿਆ ਕਿ ਜਿਹੜਾ ਇੰਗਲਿਸ਼ ਮੀਡੀਅਮ ਹੋਣ ਦੇ ਨਾਲ ਵੀ ਪੰਜਾਬੀ ਨੂੰ ਕੋਈ ਮਤਲਬ ਖਤਰਾ ਨਹੀਂ ਪਿਆ ਪੰਜਾਬੀ ਕਿਤੇ ਵੀ ਅਲੋਪ ਨਹੀਂ ਵੀ ਪੰਜਾਬੀ ਚੱਲ ਰਹੀ ਆ ਪਰ ਸਿਸਟਮ ਆ ਜਿਹੜਾ ਬਦਲਦਾ ਜਾਂਦਾ ਇੱਕ ਫੁੱਟੀ ਵਾਲਾ ਜ਼ਮਾਨਾ ਵੀ ਹੁੰਦਾ ਸੀਗਾ ਜਿਹੜਾ ਕਲਮਾਂ ਨਾਲ ਫੁੱਟੀ ਦੇ ਉੱਤੇ ਲਿਖਿਆ ਜਾਂਦਾ ਸੀ ਪਰ ਹੁਣ ਟੈਕਨੋਲੋਜੀ ਵਾਲਾ ਜ਼ਮਾਨਾ ਮੈਡਮ ਨੇ ਦੱਸਿਆ ਕਿ ਅਸੀਂ ਹੱਥਾਂ ਨਾਲ ਲਿਖਵਾ ਰਹੇ ਜੀ ਸੋ ਅਗਲੀ ਗੱਲਬਾਤ ਅਸੀਂ ਮੈਡਮ ਜੀ ਦੇ ਨਾਲ ਕਰਾਂਗੇ ਜੀ ਮੈਡਮ ਜੀ ਕੀ ਨਾਮ ਆਪਣਾ ਜੀ ਪੂਜਾ ਰਾਣੀ ਮੈਡਮ ਪੂਜਾ ਰਾਣੀ ਜੀ ਸੋ ਪਹਿਲਾਂ ਵੀ ਮੈਂ ਗੱਲ ਮੈਡਮ ਹੈੱਡ ਟੀਚਰ ਜੀ ਨਾਲ ਕੀਤੀ ਸੀ ਕਿ ਮੈਡਮ ਤੁਸੀਂ ਜਿਹੜਾ 뮤직 ਔਰ ਪੁਰਾਣੀ ਸੱਭਿਅਤਾਵਾਂ ਜਾਂ ਪੁਰਾਣੇ ਕਲਚਰ ਬਾਰੇ ਤਾਂ ਬਿਲਕੁਲ ਤੁਸੀਂ ਨੇ ਦੱਸ ਹੀ ਚੁੱਕਿਆ ਔਰ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਜਿਹੜਾ ਗੇਮਾਂ ਦੇ ਲਈ ਤੁਸੀਂ ਬੱਚਿਆਂ ਨੂੰ ਕੀ ਪ੍ਰਾਪਤ ਕਰ ਰਹੇ ਹੋ ਹਾਂਜੀ ਬੱਚਿਆਂ ਦਾ ਗੇਮਸ ਦਾ ਪੀਰੀਅਡ ਵੀ ਹੁੰਦਾ ਹੈਗਾ ਇੱਕ ਹਰੇਕ ਕਲਾਸ ਆ ਉਸ 'ਚ ਮਤਲਬ ਬੱਚਿਆਂ ਨੂੰ ਉਹਨਾਂ ਦੇ ਜਿਹੜੇ ਵੀ ਉਹਨਾਂ ਦੇ ਇੰਟਰਸਟ ਨੇ ਉਸ ਅਕੋਰਡਿੰਗ ਅਸੀਂ ਗੇਮਸ ਕਰਾਉਂਦੇ ਹਾਂਗੇ ਠੀਕ ਹੈ ਇਸ 'ਤੇ ਮਤਲਬ ਬੱਚਾ ਜਦੋਂ ਉਹਨੂੰ ਉਹਦੇ ਇੰਟਰਸਟ ਦੇ ਅਕੋਰਡਿੰਗ ਗੇਮ 'ਚ ਪਾਇਆ ਜਾਂਦਾ ਹੈਗਾ ਤਾਂ ਉਹ ਜਿਹੜੀ ਦੂਸਰੀਆਂ ਉਹਦੇ ਨਾਲ ਉਹ ਮਤਲਬ ਜ਼ਿਆਦਾ ਪ੍ਰਾਪਤੀ ਹੁੰਦੀ ਹੈ ਬੱਚੇ ਦੀ ਮਤਲਬ ਇਹ ਐਵੇਂ ਹੁੰਦਾ ਹੈਗਾ ਕਿ ਜਿਵੇਂ 2 ਦਿਨ ਹਫ਼ਤੇ 'ਚ ਪੀਰੀਅਡ ਲੱਗਿਆ ਹੈਗਾ ਤਾਂ ਮਤਲਬ ਇੱਕ ਵਾਰ ਜਿਹੜੀ ਵੀ ਗੇਮ ਹੈਗੀ ਇੱਕ ਗੇਮ ਦਾ ਕਰਾ ਦਿੱਤਾ ਬੱਚਿਆਂ ਨੂੰ ਦੂਸਰੇ ਦਿਨ ਦੂਸਰੀ ਗੇਮ ਕਰਵਾ ਦਿੱਤੀ ਗਈ ਇਸ ਤਰ੍ਹਾਂ ਇਹ ਸਿਸਟਮ ਚੱਲ ਰਿਹਾ ਸੀ ਤੁਹਾਨੂੰ ਕੀ ਲੱਗਦਾ ਜੀ ਵੀ ਸਕੂਲ ਦੇ ਵਿੱਚ ਕੁਛ ਗੇਮ ਦੀਆਂ ਕਿੱਟਾਂ ਦਾ ਹੀ ਘਾਟ ਹੋਣ ਕਾਰਨ ਬੱਚਿਆਂ ਨੂੰ ਥੋੜ੍ਹਾ ਕੋਈ ਫਰਕ ਪੈ ਰਿਹਾ ਜੀ ਨਹੀਂ ਜੀ ਹੁਣ ਗ੍ਰਾਂਟਸ ਹਰ ਸਾਲ ਆ ਰਹੀਆਂ ਨੇਗੀਆਂ ਇਹਦੀਆਂ ਮਤਲਬ ਆਪਣੀਆਂ ਸਪੋਰਟਸ ਦੀਆਂ ਅਤੇ ਉਸ ਰਾਹੀਂ ਜਿਹੜੀ ਨੀਡ ਹੁੰਦੀ ਹੈਗੀ ਮਤਲਬ ਸਪੋਰਟਸ ਦਾ ਸਮਾਨ ਲਿਆਤਾ ਜਾਂਦਾ ਹੈਗਾ ਤਾਂ ਕਰਕੇ ਮਤਲਬ ਉਹ ਨੀਡ ਪੂਰੀ ਹੋ ਰਹੀ ਹੈ ਕਿ ਹੁਣ ਇਹ ਨਹੀਂ ਕਹਿ ਸਕਦੇ ਕਿ ਮਤਲਬ ਆਪਾਂ ਨੂੰ ਕੋਈ ਕਮੀ ਹੋ ਰਹੀ ਹੈ ਬੱਚਿਆਂ ਨੂੰ ਕੋਈ ਖੇਡਾਂ ਦਾ ਸਮਾਨ ਨਹੀਂ ਮਿਲ ਰਿਹਾ ਉਹ ਸਰਕਾਰ ਹੁਣ ਪ੍ਰੋਪਰ ਗ੍ਰਾਂਟ ਜਾਰੀ ਕਰ ਰਹੀ ਹੈ ਜੀ ਇਹ ਸੀ ਜੀ ਪ੍ਰਾਇਮਰੀ ਸਕੂਲ ਸਮੋਹ ਦਾ ਸਾਰਾ ਹੀ ਸਟਾਫ ਜਿਨ੍ਹਾਂ ਨੇ ਅੱਜ ਦਾ ਇੱਕ ਫੰਕਸ਼ਨ ਹੀ ਬੜਾ ਸੋਹਣਾ ਕਰਵਾਇਆ ਔਰ ਸਕੂਲ ਦੀਆਂ ਵੱਖੋ ਵੱਖਰੀਆਂ ਸੇਵਾਵਾਂ ਵੀ ਦੱਸੀਆਂ ਔਰ ਮੁਸ਼ਕਲਾਂ ਵੀ ਦੱਸੀਆਂ ਸੋ ਮੈਂ ਸਪੈਸ਼ਲ ਥੈਂਕਸ ਐਮਐਮਵੀ ਨਿਊਜ਼ ਮਾਨਸਾ ਵੱਲੋਂ ਸਾਰੇ ਸਟਾਫ ਦਾ ਕਰਨਾ ਚਾਹੂੰਗਾ ਕਿ ਛੋਟੇ ਛੋਟੇ ਬੱਚਿਆਂ ਨੂੰ ਔਰ ਵੱਡੇ ਬੱਚਿਆਂ ਨੂੰ ਜਿਹੜਾ ਗੇਮਾਂ ਦੇ ਲਈ ਔਰ 뮤직 ਦੇ ਲਈ ਔਰ ਪੁਰਾਣੀਆਂ ਸੱਭਿਅਤਾਵਾਂ ਦੇ ਲਈ ਜਿਹੜਾ ਪ੍ਰੇਰਿਤ ਕਰਨ ਦੇ ਲਈ ਬਹੁਤ ਬਹੁਤ ਥੈਂਕ ਯੂ ਜੀ